ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਸਵਾਲਾਂ ਦੇ ਘੇਰੇ ਵਿੱਚ ਗਿਰ ਚੁੱਕਾ ਹੈ ਜਾਣਕਾਰੀ ਮੁਤਾਬਿਕ ਇੱਥੇ ਨਰਸਰੀ ਕਲਾਸ ਵਿੱਚ ਪੜ੍ਹਦੀ 4 ਸਾਲਾ ਬੱਚੀ ਨਾਲ ਸਕੂਲ ਦੇ ਬੱਸ ਕਰਮੀਆਂ ਵੱਲੋਂ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਬਾਅਦ ਰੋਸ਼ ਵਿੱਚ ਆਏ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇੰਨਾ ਹੀ ਨਹੀਂ ਗੁੱਸੇ ਵਿੱਚ ਆਏ ਲੋਕਾਂ ਨੇ ਭੰਨ ਤੋੜ ਵੀ ਕੀਤੀ ਕੰਪਲੇਂਟ ਕੀਤੀ ਹੈ ਕਿ ਉਹਦੀ ਬੱਚੀ ਨਾਲ ਡਾਊਟ ਉਹਨੂੰ ਵੀ ਕੋਈ ਐਪਰੀਹੈਂਸ਼ਨ ਹੋਈ ਹੈ ਅਸੀਂ ਉਹਦੀ ਵੇਟ ਸਟੇਟਮੈਂਟ ਲਿਖਾਉਣ ਵਾਸਤੇ ਵੇਟ ਕਰ ਰਹੇ ਹਾਂ ਜੋ ਸਟੇਟਮੈਂਟ ਲਿਖਾਉਂਦੀ ਹੈ ਸਟੇਟਮੈਂਟ ਦੇ ਅਕੋਰਡਿੰਗਲੀ ਐਜ਼ ਪਰ ਲਾ ਲੀਗਲ ਐਕਸ਼ਨ ਅਜੇ ਲੜਕੀ ਦੀ ਜਿਹੜੀ ਮਦਰ ਹੈ ਉਹ ਸਟੇਟਮੈਂਟ ਲਿਖਾ ਰਹੀ ਹੈ ਉਹਦੀ ਸਟੇਟਮੈਂਟ ਆ ਜਾਣ ਦਿਓ ਫਿਰ ਉਸ ਤੋਂ ਬਾਅਦ ਤੁਹਾਨੂੰ ਡਿਸਕਲੋਜ਼ ਕਰ ਲੜਕੀ ਦੀ ਮਦਰ ਨੇ ਮੁੱਲਾਪੁਰ ਦਾਖੀ ਦੇ SHO ਤੇ ਵੀ ਆਰੋਪ ਲਗਾਇਆ ਵੀ ਮੈਂ ਤੁਹਾਡਾ ਫੈਸਲਾ ਕਰਾਉਣਾ ਸਰ ਇਹ ਮਾਮਲੇ ਬਾਰੇ ਜਾਣਕਾਰੀ ਨਹੀਂ ਮੇਰੇ ਨੋਟਿਸ ਕੋਈ ਇਹੋ ਜਿਹੀ ਗੱਲ ਨਹੀਂ ਜੇ ਕੋਈ ਇਸ ਤਰ੍ਹਾਂ ਦਾ ਕੋਈ ਮੇਰੇ ਨੋਟਿਸ ਲਿਆਉਣਗੇ ਕੋਈ ਰਿਟਨ ਕੰਪਲੇਂਟ ਕਰਨਗੇ ਦੈਨ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਜੇ ਕਿਸੇ ਦੀ ਗਲਤੀ ਹੋਈ ਤਾਂ ਫਿਰ ਬਿਲਕੁਲ ਕਰ ਦਿੰਦੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼